ਉਹ ਮੈਂ ਗੱਭਰੂ ਸ਼ੇਰ ਪੰਜਾਬ ਦਾ ਉਹ ਮੈਂ ਗੱਭਰੂ ਸ਼ੇਰ ਪੰਜਾਬ ਦਾ ਮੈਨੂੰ ਜੱਗ ਸਾਰਾ ਹੈ ਜਾਣਦਾ ਮੈਂ ਗੱਭਰੂ ਸ਼ੇਰ ਪੰਜਾਬ ਦਾ ਮੈਨੂੰ ਜੱਗ ਸਾਰਾ ਹੈ ਜਾਣਦਾ ਮੈਂ ਗੱਭਰੂ ਸ਼ੇਰ ਪੰਜਾਬ ਦਾ ਮੈਨੂੰ ਜੱਗ ਸਾਰਾ ਹੈ ਜਾਣਦਾ ਮੇਰਾ ਲੋਇਆ ਦੁਨੀਆ ਮੰਨ ਦੀ ਮੇਰਾ ਖਾਪਣੀਆਂ ਅਸਲਾਮ ਵਾਲੇਕਮ ਦੋਸਤੋ, ਖੁਸ਼ ਆਮਦੀਦ ਕਹਿੰਦੇ ਹਾਂ ਤੁਹਾਡੇ ਆਪਣੇ ਯੂਟਿਊਬ ਚੈਨਲ ਪੰਜਾਬੀ ਸ਼ੌਕ 'ਚ ਅਤੇ ਸਤਿ ਬਿਸਮਿਲਾ ਦੋਸਤੋ ਜੀ ਆਇਆਂ ਨੂੰ ਅਤੇ ਬਹੁਤਾ ਬਹੁਤਾ ਪਿਆਰ ਅਤੇ ਸਲਾਮ ਸਾਡੇ ਪਰਦੇਸੀ ਵੀਰਾਂ ਨੂੰ ਜਨਾਬ, ਜਿਹੜੇ ਸਾਨੂੰ ਬਾਹਰ ਬੈਠੇ ਸਾਡੀ ਵੀਡੀਓਜ਼ ਨੂੰ ਵੇਖਦੇ ਨੇ, ਸਾਨੂੰ ਲਾਈਕ ਕਰਦੇ ਆ ਅਤੇ ਸਬਸਕ੍ਰਾਈਬ ਵੀ ਤਾਂ ਆਲਰੇਡੀ ਕੀਤਾ ਹੋਇਆ ਉਹਨਾਂ ਨੇ ਜਨਾਬ, ਅਤੇ ਕਈ ਜਿਹੜੇ ਨਵੇਂ ਵੇਖ ਰਹੇ ਨੇ ਉਹ ਵੀ ਸਬਸਕ੍ਰਾਈਬ ਕਰ ਦੇਣ ਅਤੇ ਬਾਕੀ ਇਹਨਾਂ ਨੂੰ ਐਡਵਾਂਸ ਸਾਡੇ ਵੱਲੋਂ ਈਦ ਮੁਬਾਰਕ। ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਤਾਲਾ ਅਗਲੇ ਸਾਲ ਆਪਾਂ ਆਪਣਾ ਕੋਈ ਬੱਕਰਾ ਫਾਰਮਿੰਗ ਵੀ ਕਰੀਏ, ਉਹਦੇ ਵਾਸਤੇ ਦੁਆਵਾਂ ਸਾਨੂੰ ਯਾਦ ਰੱਖਿਓ। ਅਤੇ ਅੱਜ ਦਾ ਵੀਲੌਗ ਆਪਣਾ ਦੋਸਤੋ ਬਿੱਲੀ ਦੇ ਉੱਪਰ, ਬਿੱਲੀ ਨਾਮ ਆ ਬਿੱਲੀ, ਠੀਕ ਹੈ, ਬੋਲੀ ਬਰੀਡ ਪਾਕਿਸਤਾਨੀ ਬੋਲੀ, ਆਪਣਾ ਮੇਲ ਤਕਰੀਬਨ 4.5 ਸਾਲ ਦਾ ਹੋ ਗਿਆ ਵਾ, ਛੋਟੀ ਅਤੇ ਆਪਾਂ ਲਿਆ ਸੀਗਾ ਇਹ, ਅਤੇ ਹੁਣ ਇਹਦਾ ਵੀਲੌਗ ਅੱਜ ਬਣਾ ਰਹੇ ਹਾਂ, ਨਾਲੇ ਇਹਨੂੰ ਬਾਹਰ ਕੱਢਿਆ, ਥੋੜ੍ਹੀ ਜਿਹੀ ਵਾਕ ਕਰਵਾਈਏ। ਅਤੇ ਦੋਸਤੋ ਮੇਰਾ ਇਰਾਦਾ ਵਾ ਕਿ ਮੈਂ ਬਿੱਲੀ ਨੂੰ ਸੇਲ ਕਰਕੇ, ਠੀਕ ਹੈ, ਅਤੇ ਨਾਲ ਆਪਣਾ ਕੋਈ ਨਾ ਹੋਰ ਮੇਲ ਐਡ ਕਰਾਂ, ਕਿਉਂਕਿ ਮਾਸ਼ਾਅੱਲਾ ਜਾਨਵਰ ਆਪਣੇ ਕੋਲ ਕੈਨਲ 'ਤੇ ਹੋਰ ਮਜ਼ੀਦ ਨਵੇਂ ਆਏ ਨੇ, ਸਿਰਫ਼ ਟਾਈਮ ਹੀ ਨਹੀਂ ਲੱਗਦਾ ਹੈਗਾ, ਇਕੱਲਾ ਬੰਦਾ ਵਾ, ਕੰਮ ਬਹੁਤ ਜ਼ਿਆਦਾ ਨੇ, ਜਿਸ ਵਜ੍ਹਾ ਨਾਲ ਮੈਨੂੰ ਵੀਡੀਓ ਅਪਲੋਡ ਕਰਨ ਦਾ ਟਾਈਮ ਵੀ ਨਹੀਂ ਲੱਗਦਾ। ਅਤੇ ਦੋਸਤੋ ਅੱਜ ਤੁਹਾਡੇ ਨਾਲ ਗੱਲ ਸ਼ੇਅਰ ਕਰੀਏ ਕਿ ਆਪਣੇ ਕੋਲ ਮਾਸ਼ਾਅੱਲਾ ਵਲੈਤੀ ਗੁਲਟੇਰ ਇੱਕ ਮੇਲ ਆਇਆ, ਆਪਾਂ ਲਿਆ ਰਿੱਛ ਵਾਲੇ ਗੁਲਟੇਰ ਜਿਹੜੇ ਹੁੰਦੇ ਨੇ ਲਾਲ ਕਲਰ ਦੇ ਪੁਰਾਣੇ ਗੁਲਟੇਰ, ਇੱਕ ਆਪਣੇ ਕੋਲ ਕੁਹਾਟੀ ਗੁਲਟੇਰ ਫੀਮੇਲ ਆਈ ਆ ਵਾਈਟ ਕਲਰ ਦੇ ਵਿੱਚ, ਉਹ ਆਪਾਂ ਸਿਆਲਕੋਟ ਤੋਂ ਮੰਗਵਾਈ ਆ, ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗਾ। ਅਤੇ ਇੱਕ ਮਾਸ਼ਾਅੱਲਾ ਆਪਾਂ ਆਲਰੇਡੀ ਫੀਮੇਲ ਜਿਹੜੀ ਹੈਗੀ ਆ ਕਿ ਪਰਚੇਜ਼ ਕਰ ਲਈ ਹੈ ਅੱਜ 7 ਜੁਲਾਈ ਨੂੰ, ਅਤੇ ਇਨਸ਼ਾਅੱਲਾ ਉਮੀਦ ਆ ਕਿ ਕੱਲ੍ਹ ਤੱਕ ਆਪਣੇ ਕੋਲ ਉਹ ਵੀ ਪਹੁੰਚ ਜਾਏਗੀ, ਉਹ ਵੀ ਵਲੈਤੀ ਗੁਲਟੇਰ ਫੀਮੇਲ ਆ। ਅਤੇ ਇਸ ਕਰਕੇ ਮੇਰਾ ਹੁਣ ਜ਼ੇਨ ਆ ਕਿ ਮੈਂ ਬਿੱਲੀ ਨੂੰ ਸੇਲ ਆਊਟ ਕਰਦਾ, ਅਤੇ ਜੇ ਕੋਈ ਦੋਸਤ ਮੇਰਾ ਲੈਣਾ ਚਾਹੇ ਤਾਂ ਮੁਨਾਸਿਬ ਕੀਮਤ ਦੇ ਵਿੱਚ ਡੇਰੇ ਦੀ ਰਖਵਾਲੀ ਵਾਸਤੇ ਟੋ ਟੱਪੇ ਵਾਸਤੇ, ਇਹ ਦੇਖੋ ਅਟਰੈਕਟਿਵ ਬਿੱਲੀ, ਬਿੱਲੀ ਅਟਰੈਕਟਿਵ ਮੇਲ ਆ, ਸਮਝਦਾਰ ਆ, ਤੁਸੀਂ ਕਿਸੇ ਬੱਚੇ ਦੇ ਹੱਥ 'ਚ ਵੀ ਫੜਾ ਦਿਓਗੇ ਅਤੇ ਇਹ ਹੁਜਤਾ ਨਹੀਂ ਕਰਦਾ, ਮਤਲਬ ਕਹਿ ਲਓ ਕੀ ਕਹਿੰਦਾ, ਕੀ ਕਹਿੰਦੇ ਹੁੰਦੇ ਆ ਯਾਰ, ਹੋਛਾਪਨ ਨਹੀਂ ਕਰਦਾ, ਹੋਛਾਪਨ ਨਹੀਂ ਇੰਝ ਹੈਗਾ ਕਿ ਜ਼ੋਰ ਲਾ ਕੇ ਨੱਸ ਜਾਂਦਾ, ਨਹੀਂ, ਹਾਂ ਕਿਸੇ ਕੁੱਤੇ ਨੂੰ ਦੇਖੇ ਆਉਂਦੇ ਆ ਲਾਜ਼ਮੀ ਜਾਂਦਾ ਵਾ, ਕਿਉਂਕਿ ਬੋਲੀ ਆ ਲੜਦਾ ਵਾ। ਆਲਰੇਡੀ 5 ਤੱਪਣੀਆਂ ਮੇਰੇ ਕੋਲ ਇੰਨੀਆਂ ਮੌਜੂਦ ਨੇ, ਜਿਨ੍ਹਾਂ ਦੇ ਵਿੱਚ 2 ਤੱਪਣੀਆਂ 'ਚ ਇਹਦੇ ਦੰਦ ਸਲਾਮਤ ਸੀਗੇ ਅਤੇ ਬਾਕੀ ਕੁਛ ਤੱਪਣੀਆਂ 3 ਦੇ ਵਿੱਚ ਇਹਦੇ ਦੰਦ ਟੁੱਟ ਗਏ ਸੀਗੇ, ਇੱਕ ਅੱਧੀ ਰਾਸ਼ਕੀ ਅਤੇ ਬਾਕੀ ਨੁਕਰਾਂ ਨੇ ਤੋੜ ਲਈਆਂ ਸੀ ਜੰਗਲੇ 'ਚ ਮਾਰ ਮਾਰ ਕੇ। ਅਤੇ ਮਾਸ਼ਾਅੱਲਾ ਡਬਲ ਬਾਡੀ ਦੇ ਵਿੱਚ ਹੈਗਾ ਜੀ, ਹੁਣ ਇਹ ਲਿਟਣ ਲੱਗ ਪਿਆ ਥੱਲੇ, ਆਹ ਵੇਖੋ ਮਸਤੀ ਕਰ ਰਿਹਾ ਜੀ ਹੁਣ, ਇਹ ਮੈਂ ਤੁਹਾਨੂੰ ਚੈੱਕ ਕਰਵਾ ਦੇਵਾਂ ਬੈਠ ਕੇ ਵੀ, ਇਹ ਵੇਖੋ ਜੀ ਬਿੱਲੀ ਜਿਹੜਾ ਆਪਣਾ ਜੇ ਮਸਤੀ ਕਰਨ ਲੱਗ ਪਿਆ ਹੈ, ਇਹ ਲਿਟਣ ਲੱਗ ਪਿਆ ਦੋਸਤੋ। ਅਤੇ ਜਿਹੜਾ ਮਰਜ਼ੀ ਰੱਖ ਲਿਆ ਤੁਸੀਂ ਫੈਮਿਲੀ 'ਚ ਰੱਖਣਾ ਚਾਹੋ ਤਦ ਵੀ ਠੀਕ ਆ, ਅਤੇ ਜੇ ਬਰੀਡਿੰਗ ਵਾਸਤੇ ਲਓ ਤਾਂ ਮਾਸ਼ਾਅੱਲਾ ਬੜਾ ਪਰਫੈਕਟ ਮੇਲ ਆ, ਡਬਲ ਬਾਡੀ ਦਾ, ਹੈਵੀ ਬੋਨ ਸਟਰਕਚਰ ਦਾ। ਜਿਹਦੇ ਕੋਲ ਮੈਂ ਲਿਆ ਸੀਗਾ ਉਹਨੇ ਕਿਹਾ ਜੀ ਇਹਦੀ ਹਾਈਟ 31 ਇੰਚ, ਅਸੀਂ ਫੀਤਾ ਮਾਰ ਕੇ ਲਿਆ ਸੀਗਾ, ਬਹਰਹਾਲ ਮੈਂ ਇਹਨੂੰ ਗਿਣਦਾ 30.5 ਇੰਚ, ਠੀਕ ਹੈ, ਕਿਉਂਕਿ ਜਦੋਂ ਐਨ ਆਪਣਾ ਬੋਡੀ ਐਨ ਤੰਨ ਕੇ ਖੜਾ ਹੁੰਦਾ ਨਾ, ਉਦੋਂ ਪੂਰਾ 31 ਇੰਚ ਹੋ ਜਾਂਦਾ, ਮਗਰ ਜਿਸ ਤਰ੍ਹਾਂ ਹੁਣ ਨਾਰਮਲ ਖੜਾ ਨਾ 30.5 ਇੰਚ ਲੱਗਦਾ ਹੈਗਾ, ਉਹਨੇ ਮੈਨੂੰ 31 ਕਿਹਾ ਸੀਗਾ, ਕਿਉਂਕਿ ਹੈਵੀ ਵੇਟ ਆ ਨਾ ਜ਼ਰਾ, 31 ਇੰਚ ਹੁੰਦਾ ਵਾ ਪੂਰਾ, ਮਗਰ ਮੈਂ ਇਹਨੂੰ ਕਿਹਾ ਯਾਰ ਮੇਰੇ ਹਿਸਾਬ ਨਾਲ 30.5 ਇੰਚ, ਕਿਉਂਕਿ ਮੈਂ 30 ਇੰਚ ਘੱਟ ਦੱਸਦਾ ਹੁੰਦਾ ਕਿ ਗਲਤ ਬਿਆਨੀ ਨਾ ਹੋ ਜਾਵੇ, ਬਾਕੀ ਤਾਂ ਚੀਜ਼ ਅਗਲਿਆਂ ਦੇ ਮੁਕਦਰਾਂ ਸ਼ੌਕ ਦੀ ਹੁੰਦੀ ਆ, ਜਦੋਂ ਰੱਜ ਜਾਣ ਜਾਨਵਰ ਭਰ ਜਾਣ ਅਤੇ ਉਹ ਥੋੜ੍ਹਾ ਸਾਈਜ਼ ਬੜਾ ਵੀ ਕਰ ਜਾਂਦੇ ਨੇ। ਅਤੇ ਦੋਸਤੋ 30 ਇੰਚ ਦਾ ਕੋਈ ਫਰਕ ਨਹੀਂ ਹੁੰਦਾ ਹੈਗਾ, ਹੁਣ ਇਹ ਗੰਦਾ ਹੋ ਗਿਆ ਵਾ, ਇਹਨੇ ਤੁਹਾਨੂੰ ਲਿਟ ਲਿਆ ਵਾ, ਮਗਰ ਤੁਹਾਨੂੰ ਮੈਂ ਚੈੱਕ ਕਰਾਉਣਾ ਨਸਲ ਅਤੇ ਕੁਆਲਿਟੀ ਤਾਂ ਨਜ਼ਰ ਆ ਜਾਣੀ ਹੈਗੀ ਆ। ਅਤੇ ਬਿੱਲੀ ਆਪਾਂ ਕਰ ਰਹੇ ਹਾਂ ਸੇਲ, ਤਾਂ ਕਿ ਕਿਉਂਕਿ ਮੇਰਾ ਜ਼ੇਨ ਆ ਥੋੜ੍ਹਾ ਜਿਹਾ ਨਾ ਚੇਂਜ ਹੋ ਗਿਆ ਵਾ, ਮੈਂ ਕੁਛ ਹੋਰ ਸਮਾਨ ਐਡ ਕਰਨਾ ਚਾਹੁੰਦਾ ਜਿਹੜਾ ਕਿ ਤੁਹਾਡੇ ਵਾਸਤੇ ਸਰਪ੍ਰਾਈਜ਼ ਆ, ਉਹਦੇ ਵਾਸਤੇ ਬਿੱਲੀ ਮੈਂ ਇਸ ਕਰਕੇ ਸੇਲ ਕਰ ਰਿਹਾ ਦੋਸਤੋ, ਕਿਉਂਕਿ ਮੇਲ ਜਿਹੜੇ ਨੇ ਇੱਕ ਜਗ੍ਹਾ 'ਤੇ ਰੱਖਣੇ ਬਹੁਤ ਮੁਸ਼ਕਿਲ ਨੇ, ਖਾਸ ਕਰਕੇ ਬੁਲੀ ਮੇਲ ਦੇ ਨਾਲ ਐਡਜਸਟ ਕਰਨੇ ਦੂਸਰੇ ਮੇਲਾਂ ਦਾ ਬਹੁਤ ਹੀ ਜ਼ਿਆਦਾ ਖਤਰਨਾਕ ਕੰਮ ਆ। ਮੈਂ ਜਰਮਨ ਸ਼ੈਫਰਡ ਮੇਲ ਲਿਆ ਸੀਗਾ, ਮੇਰਾ ਮਰ ਗਿਆ, ਠੀਕ ਆ, ਇਹ ਇੱਕ ਦਿਨ ਮੈਂ ਹਵੇਲੀ ਲੈ ਕੇ ਆਇਆ, ਦੋਸਤਾਂ ਨੇ ਕੁੱਤੀ ਕ੍ਰੋਸ ਕਰਾਉਣ ਵਾਸਤੇ ਆਉਣਾ ਸੀਗਾ ਅਤੇ ਉਹ ਮੈਂ ਘਰ ਰੱਖਿਆ ਹੋਇਆ ਸੀਗਾ, ਇਹਨੇ ਭਾਈ ਸਾਹਿਬ ਖੁੱਲ੍ਹਿਆ ਪਟਾ ਖੁਲਾਇਆ ਅਤੇ ਇਹਨੇ ਉਹਨਾਂ 'ਤੇ ਅਟੈਕ ਕਰ ਦਿੱਤਾ। ਇਸ ਕਰਕੇ ਮੇਲ ਦੇ ਨਾਲ ਮੇਲ ਐਡਜਸਟ ਕਰਨਾ ਬਹੁਤ ਮੁਸ਼ਕਿਲ ਆ, ਜਿਹਦੇ ਨਾਲ ਮੈਂ ਅਤੇ ਮੇਰੇ ਭਾਈ ਨੇ ਅਸੀਂ ਇਹ ਫਾਈਨਲੀ ਜ਼ੇਨ ਬਣਾਇਆ ਕਿ ਯਾਰ ਬਿੱਲੀ ਨੂੰ ਦੇ ਦਈਏ, ਠੀਕ ਆ, ਜਦੋਂ ਜ਼ਰੂਰਤ ਹੋਏਗੀ ਮੇਲ ਕੋ ਹੋਰ ਲੈ ਲਵਾਂਗੇ, ਇਸ ਟਾਈਮ ਸਾਨੂੰ ਇਸ ਟਾਈਮ ਮੇਲ ਦੀ ਕੋਈ ਜ਼ਰੂਰਤ ਨਹੀਂ ਹੈਗੀ, ਫੀਮੇਲ ਵੀ ਇੱਕ ਬੁਲੀ ਹੋਰ ਲਈ ਆ, ਜਦੋਂ ਉਹ ਹੀਟ 'ਤੇ ਆਏਗੀ ਜਾਂ ਬਾਹਰੋਂ ਕ੍ਰੋਸ ਕਰਵਾ ਲਵਾਂਗੇ ਅਤੇ ਜਾਂ ਫਿਰ ਕੋਈ ਮੇਲ ਕੋ ਹੋਰ ਲੈ ਲਾਂਗੇ, ਕ੍ਰੋਸ ਕਰਵਾ ਕੇ ਵੀ ਸੇਲ ਕਰ ਲਾਂਗੇ। ਅਤੇ ਦੋਸਤੋ ਹੁਣ
ਉਮੀਦ ਆ ਥੋੜੀ ਜਿਹੀ ਵੀਡੀਓ ਹੋ ਰਹੀ ਹੋਣੀ ਲੰਬੀ, ਤੇ ਇਨਸ਼ਾਅੱਲਾ ਇਸੇ ਤਰ੍ਹਾਂ ਅਰਸਲਾਨ ਭਾਈ ਤੁਹਾਡੇ ਵਾਸਤੇ ਡੇਲੀ ਵੀਲੌਗ ਲੈ ਕੇ ਆਉਂਦੇ ਰਹਿਣਗੇ ਆਪਣਾ ਪੰਜਾਬੀ ਚੈਨਲ ਦੇ ਮੁਤਾਲਕ। ਡੋਗਸ ਦੀ ਡਾਇਟ ਵੀ ਤੁਹਾਨੂੰ ਸ਼ੇਅਰ ਕਰਿਆ ਕਰਾਂਗਾ ਕਿ ਮੈਂ ਆਪਣੇ ਡੋਗਸ ਨੂੰ ਪਾਉਣਾ ਕੀ ਆ, ਉਹਨੂੰ ਰੱਖਦਾ ਕਿੱਦਾਂ ਆ, ਅਤੇ ਇਨਸ਼ਾਅੱਲਾ ਤਾਲਾ ਆਪਣਾ ਏਸੀ ਵੀ ਆ ਗਿਆ ਅੱਲਾ ਦੇ ਹੁਕਮ ਦੇ ਨਾਲ ਜਨਾਬ ਅਲੀ, ਇਹਨਾਂ ਬੇਜ਼ੁਬਾਨਾਂ ਵਾਸਤੇ ਆਪਾਂ ਏਸੀ ਵੀ ਲਾਵਾਂਗੇ ਤਾਂ ਕਿ ਖੁਸ਼ ਰਹਿਣ ਅਤੇ ਇਹ ਸਾਡੇ ਹੱਕ 'ਚ ਦੁਆ ਕਰਨ, ਠੀਕ ਹੈ, ਅਤੇ ਮਾਲਕ ਸਾਡੇ ਤੋਂ ਵੀ ਰਾਜ਼ੀ ਹੋਵੇ ਅਤੇ ਇਹ ਵੀ ਸਾਡੇ ਤੋਂ ਰਾਜ਼ੀ ਹੋਣ ਇਨਸ਼ਾਅੱਲਾ ਤਾਲਾ। ਜਿਹੜੇ ਕੋਈ ਗਰਮੀ ਦੇ ਕੇ ਦਿਨ ਨੇ, ਏਅਰ ਕੂਲਰ ਦਾ ਦੌਰ ਖਤਮ ਹੋ ਰਿਹਾ ਵਾ ਕਿਉਂਕਿ ਹੱਬਸ ਆ ਜਾਣੀ, ਏਸੀ ਆਪਣਾ ਆ ਗਿਆ ਵਾ, ਉਹਨੂੰ ਫਰੈਸ਼ ਕਰਕੇ ਇਨਸ਼ਾਅੱਲਾ ਉਹ ਵੀ ਇੰਸਟਾਲ ਕਰਾਂਗਾ, ਆਪਣੇ ਵੀਰਾਂ ਨਾਲ ਉਹ ਵੀ ਸ਼ੇਅਰ ਕਰਾਂਗਾ। ਮੈਂ ਕਿਹਾ 2-4-5 ਹਜ਼ਾਰ ਬਿੱਲ ਦੀ ਟੈਨਸ਼ਨ ਨਹੀਂ ਹੈਗੀ, ਜਾਨਵਰ ਖੁਸ਼ ਹੋ ਜਾਣਗੇ, ਇਹ ਰੱਬ ਅੱਗੇ ਦੁਆ ਕਰਨਗੇ ਅਤੇ ਰੱਬ ਸਾਨੂੰ ਹੋਰ ਦੇਵੇਗਾ। ਕਿਉਂਕਿ ਕੋਈ ਵੀ ਬੇਜ਼ਬਾਨ ਆ ਜੇ ਉਹ ਤੁਹਾਡੇ ਤੋਂ ਰਾਜ਼ੀ ਆ ਤਾਂ ਸਮਝੋ ਫਿਰ ਤੁਸੀਂ ਰੱਬ ਵੀ ਰਾਜ਼ੀ ਕਰ ਲਿਆ ਜੇ। ਕਿਉਂਕਿ ਨੁਸਰਤ ਫਤਿਹ ਅਲੀ ਖਾਨ ਵੀ ਕਹਿ ਗਿਆ, ਜੇ ਤੂੰ ਰੱਬ ਨੂੰ ਮਨਾਉਣਾ ਪਹਿਲੇ ਯਾਰ ਨੂੰ ਮਨਾ, ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਔਖਾ ਹੈ। ਅਤੇ ਬੇਜ਼ਬਾਨ ਦੀਆਂ ਵੀ ਦੁਆਵਾਂ ਲੱਗਦੀਆਂ ਨੇ, ਇਹਦੀਆਂ ਬਦਦੁਆਵਾਂ ਵੀ ਲੱਗਦੀਆਂ ਨੇ, ਦੁਆਵਾਂ ਵੀ ਲੱਗਦੀਆਂ ਨੇ, ਅਤੇ ਮੈਂ ਕਹਿੰਦਾ ਇਹਦੀਆਂ ਦੁਆਵਾਂ ਹੀ ਲੱਗਣ ਸਾਨੂੰ, ਇਹਦੀ ਕੋਈ ਬਦਦੁਆ ਨਾ ਲੱਗ ਜਾਵੇ। ਅਤੇ ਬਾਕੀ ਇਨਸ਼ਾਅੱਲਾ ਤਾਲਾ ਵੇਖੋ ਤੁਸੀਂ ਬਿੱਲੀ ਮੇਲ, ਗਰਮੀਆਂ 'ਚ ਹੋ ਕੇ ਤੁਹਾਨੂੰ ਪਤਾ ਹੀ ਹੈ ਸਾਰੇ ਜਾਨਵਰ ਜਿਹੜੇ ਨੇ ਵੀਕ ਹੋਏ ਨੇ, ਜਿਹੜੇ ਦੋਸਤ ਬੁੱਲੀ ਦਾ ਆਲਰੇਡੀ ਸ਼ੌਕ ਕਰਦੇ ਆ ਉਹਨਾਂ ਨੂੰ ਵੀ ਗੱਲ ਦਾ ਪਤਾ ਹੋਣਾ ਵਾ ਕਿ ਭਾਈ ਸਾਹਿਬ ਆਪਣਾ ਗਰਮੀ ਨਾਲ ਜਾਨਵਰ ਵੀਕ ਹੋ ਜਾਂਦੇ ਨੇ, ਅਤੇ ਇਹ ਹੁਣ ਥੋੜ੍ਹਾ ਜਿਹਾ ਮੇਲ ਦਾ ਸ਼ੌਕ ਕਰੋ, ਠੀਕ ਆ, ਤੁਹਾਨੂੰ ਚੈੱਕ ਕਰਵਾਵਾਂ। ਕੁਛ ਦੋਸਤਾਂ ਨੇ ਪਹਿਲੇ ਵੇਖਿਆ ਹੋਣਾ ਕਿ ਨਹੀਂ ਵੇਖਿਆ, ਤਾਂ ਹੁਣ ਵੇਖ ਲੈਣ, ਵਾਈਟ ਕਲਰ ਦਾ ਆਇਆ ਪਰ ਹਲੇ ਕਿ ਗੰਦਾ ਬਹੁਤ ਹੋ ਗਿਆ ਲੇਟਾਂ ਦੀ ਵਜ੍ਹਾ ਨਾਲ, ਚੈੱਕ ਕਰ ਲਵੋ ਅਤੇ ਜਿਸ ਦੋਸਤ ਨੇ ਲੈਣਾ ਹੋਵੇ ਰਾਬਤਾ ਕਰੇ। ਇਹ ਤੁਹਾਨੂੰ ਬਿੱਲੀ ਮਿਲ ਜਾਏਗਾ 35,000 ਰੁਪਏ 'ਚ, 35,000 ਸਿਰਫ 35,000 ਰੁਪਏ ਦੇ ਵਿੱਚ ਬੁੱਲੀ ਬਰੀਡਰ ਮੇਲ ਆ, ਲੜਾਈ ਵਾਸਤੇ ਨਹੀਂ ਹੈਗਾ, ਬਰੀਡਿੰਗ ਵਾਸਤੇ ਆ, ਘਰ ਦੀ ਰਖਵਾਲੀ ਵਾਸਤੇ ਆ। ਇੱਕ ਬੱਚੇ ਦੀ ਕੀਮਤ 'ਚ ਤੁਹਾਨੂੰ ਮੇਲ ਮਿਲ ਰਿਹਾ ਵਾ, ਪਲਿਆ ਪਲਾਇਆ ਸੋਹਣਾ ਮੇਲ ਆ, ਡਬਲ ਬਾਡੀ ਦੇ ਵਿੱਚ 4.5 ਸਾਲਾਂ ਦੀ ਉਮਰ ਹੋ ਗਈ ਆ, ਬਿਲਕੁਲ ਯੰਗ ਅਤੇ ਬਰੀਡਿੰਗ ਵਾਸਤੇ ਪਰਫੈਕਟ ਮੇਲ ਆ। ਜੇ ਕੋਈ ਦੋਸਤ ਆ ਕੇ ਲੈਣਾ ਚਾਹੇ, ਲੈ ਕੇ ਜਾਣਾ ਚਾਹੇ, ਤਾਂ ਆਪਣਾ ਪੰਜਾਬੀ ਕਹਿਣਾ ਹੈਗਾ ਫੈਸਲਾਬਾਦ ਸ਼ੇਖੂਪੁਰਾ ਰੋਡ ਛੋਟੇ ਮਾਨਾ ਵਾਲੇ। ਜੇ ਕੋਈ ਦੋਸਤ ਕਾਰਗੋ ਕਵੇ ਤਾਂ ਇਨਸ਼ਾਅੱਲਾ ਉਹਨੂੰ ਕਾਰਗੋ ਵੀ ਕਰਵਾ ਦਿਆਂਗੇ, ਜੇ ਕੋਈ ਹੋਮ ਡਿਲੀਵਰੀ ਲੈਣਾ ਚਾਹੇ ਤਾਂ ਉਹਨੂੰ ਹੋਮ ਡਿਲੀਵਰੀ ਦੇ ਦਿਆਂਗੇ। ਅਤੇ ਵੀਡੀਓ ਨੂੰ ਐਂਡ ਤੱਕ ਵੇਖੋ, ਪੰਜਾਬੀ ਸ਼ੌਕ 'ਤੇ ਨੇ ਉਹ ਸਬਸਕ੍ਰਾਈਬ ਕਰ ਦਿਓ, ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ, ਤੁਹਾਨੂੰ ਤੁਹਾਨੂੰ ਬਿੱਲੀ ਚੈੱਕ ਕਰਵਾਵਾਂ ਦੋਸਤੋ, ਅਤੇ ਫਿਰ ਜੇ ਦੋਸਤ ਨੇ ਲੈਣਾ ਹੋਵੇ ਮੈਨੂੰ ਰਾਬਤਾ ਕਰ ਲਿਆ ਜੀ। ਅਤੇ ਦੋਸਤੋ ਇਹ ਜੀ ਆਪਣਾ ਮਾਸ਼ਾਅੱਲਾ ਪਾਕਿਸਤਾਨੀ ਬੁੱਲੀ ਬਿੱਲੀ, ਅਤੇ ਚੈੱਕ ਕਰ ਲਓ ਜੀ, ਠੀਕ ਆ, ਛੋਟੀ ਅੱਖ, ਪਿਓਰ ਪੁਰਾਣੇ ਦੇਸੀ ਬੋਲੀਆਂ ਵਾਲੀ ਹਰ ਚੀਜ਼ ਦੀ ਕੁਆਲਿਟੀ ਇਹਦੇ ਵਿੱਚ ਮੌਜੂਦ ਆ। ਲੈਂਥ ਵੇਖ ਲਓ ਮੇਲ ਦੀ, ਵਾਜ਼ ਆ ਤੁਹਾਡੇ ਸਾਹਮਣੇ ਆ, ਮਾਸ਼ਾਅੱਲਾ ਸਿੱਧੀ ਪੂਛ ਆ, ਕੋਈ ਪੂਛ 'ਚ ਵਿੰਗ ਨਹੀਂ ਹੈਗਾ, ਹੈਵੀ ਬੋਨ ਸਟਰਕਚਰ ਨੇ, ਤੁਸੀਂ ਲੱਤਾਂ ਦੇ ਸਾਈਜ਼ ਤੋਂ ਵੀ ਚੈੱਕ ਕਰ ਲਓ, ਠੀਕ ਆ। ਅਤੇ ਹੈੱਡ ਦੇਖ ਲਓ, ਛੋਟੀ ਅੱਖ ਆ ਜਿਹੜੀ ਬੋਲੀ ਦੇ ਵਿੱਚ ਵੇਖੀ ਜਾਂਦੀ, ਲਟਕਦੇ ਹੋਏ ਮੂੰਹ, ਪਿਓਰ ਦੇਸੀ ਬੋਲੀ। ਜੇ ਕੋਈ ਦੋਸਤ ਬਰੀਡਿੰਗ ਵਾਸਤੇ ਲੈਣਾ ਚਾਹੇ ਤਾਂ ਬਿਲਕੁਲ ਪਰਫੈਕਟ ਆ, ਹੈਲਥੀ ਆ, ਠੀਕ ਆ, ਉਹ ਹੈ ਵੱਖਰੀ ਗੱਲ ਆ ਕਿ ਬੋਲੀ ਸੁਸਤੀ ਹੁੰਦੇ ਆ। ਅਤੇ ਹੁਣ ਇਹਨੂੰ ਮੈਂ ਕੱਢਿਆ ਜੰਗਲੇ ਦੇ ਵਿੱਚੋਂ, ਪਾਣੀ ਮਾਰਿਆ, ਨਵਾਇਆ, ਤੈਨੂੰ ਆ ਕੇ ਬਾਹਰ ਲੈ ਕੇ ਆਇਆ, ਦੋਸਤਾਂ ਨੇ ਵੀਡੀਓ ਸ਼ੇਅਰ, ਖਲਾ ਪਲਾ ਕੇ ਤੁਹਾਨੂੰ ਚੈੱਕ ਕਰਾ ਕੇ ਹਰ ਚੀਜ਼ ਦੀ ਤਸੱਲੀ ਕਰਾ ਕੇ ਦੇਵਾਂਗਾ ਜੋ ਆਪਣਾ ਅਸੂਲ ਆ, ਠੀਕ ਆ। ਨਾ ਮੈਂ ਕਦੀ ਖਲਾਣ ਪਲਾਣ ਤੋਂ ਤਸੱਲੀ ਤੋਂ ਬਗੈਰ ਜਾਨਵਰ ਲਿਆ, ਅਤੇ ਨਾ ਹੀ ਕਦੀ ਮੈਂ ਜਾਨਵਰ ਕਿਸੇ ਨੂੰ ਇੱਦਾਂ ਸੇਲ ਕੀਤਾ, ਠੀਕ ਆ। 35,000 ਰੁਪਇਆਂ ਦੀ ਕੀਮਤ ਆ ਪਾਕਿਸਤਾਨੀ ਬੁੱਲੀ, ਠੀਕ ਆ, ਬਿੱਲੀ ਮੇਲ। ਆਪਣੇ ਕੋਲ 5 ਤਪਣੀਆਂ ਰਿਕਾਰਡ ਮੌਜੂਦ ਆ, ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕੱਲ੍ਹ ਨੂੰ ਤੁਸੀਂ ਇਹਦੀ ਬਰੀਡ ਲੈਣਾ ਚਾਹੋ ਤੁਹਾਨੂੰ ਬੱਚੇ ਕੈਸੇ ਰਿਜ਼ਲਟ ਮਿਲ ਰਹੇਗਾ ਦੋਸਤੋ, ਠੀਕ ਹੈ। ਇਹ ਕੁਆਲਿਟੀ ਆਪਣੇ ਕੋਲ, ਇਹ ਹੈੱਡਵਾ ਮੇਲ ਦਾ, ਨੀ ਅੱਖਾਂ ਦੇਖ ਲਓ, ਆਲਰੇਡੀ ਡਿਵਾਰਮੈਂਟ ਮੈਂ ਕੀਤਾ ਹੋਇਆ ਜਨਾਬੇ ਵਾਲੀ, ਠੀਕ ਹੈ। ਹੁਣ ਡਾਇਟ ਥੋੜ੍ਹੀ ਜਿਹੀ ਵਧਾਈ ਸੀ, ਕੁਛ ਬਾਰਿਸ਼ਾਂ ਆ ਗਈਆਂ, ਮੌਸਮ ਠੰਡਾ ਹੋਇਆ, ਨਾਲੇ ਹੀ ਦੁਬਾਰਾ ਮੌਸਮ ਕਨਵਰਟ ਹੋ ਕੇ ਗਰਮੀ 'ਚ ਫਿਰ ਆ ਗਿਆ, ਅਤੇ ਤੁਹਾਨੂੰ ਪਤਾ ਗਰਮੀਆਂ ਦੇ ਵਿੱਚ ਤਾਂ ਕੁੱਤੇ ਅੱਧੇ ਰਹਿ ਜਾਂਦੇ ਨੇ, ਇਹੀ ਸਰਦੀਆਂ ਹੁਣ ਡਾਇਟ ਵਧਾਓ ਅਤੇ ਕੁੱਤੇ ਦਿਨ ਬ ਦਿਨ ਸੁੱਕੀਆਂ ਰੋਟੀਆਂ ਵੀ ਪਾਓ, ਤਾਂ ਕੁੱਤੇ ਕਹਿੰਦੇ ਅਸੀਂ ਵਧਾਂਗੇ। ਗਰਮੀ ਨੂੰ ਤਾਂ ਇਨਸਾਨ ਦੇ ਬੁਰੇ ਹਾਲ ਹੋ ਜਾਂਦੇ ਆ, ਅਤੇ ਜਾਨਵਰ ਨੂੰ ਕੁੱਤੇ ਨੂੰ ਖਾਸ ਕਰਕੇ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ। ਇਹ ਜੀ ਮਾਸ਼ਾਅੱਲਾ ਆਪਣਾ ਪਾਕਿਸਤਾਨੀ ਬੁੱਲੀ, ਅਤੇ ਚੈੱਕ ਕਰ ਲਵੋ ਦੋਸਤੋ, ਠੀਕ ਆ, ਬਿੱਲੀ ਭੱਜ ਭੱਜ ਸ਼ਵਾ ਸ਼ਵਾ ਦੇਖ ਲਓ। ਇਹ ਤੁਹਾਨੂੰ ਨਸਾ ਕੇ ਇਸ ਕਰਕੇ ਚੈੱਕ ਕਰਾ ਰਿਹਾ ਕਿ ਤੁਹਾਨੂੰ ਦੋਸਤਾਂ ਦੇ ਦਿਲ 'ਚ ਕੋਈ ਸ਼ੱਕ ਨਾ ਹੋਵੇ, ਕਿਉਂਕਿ ਮੈਂ ਅੱਲਾ ਦੇ ਹੁਕਮ ਦੇ ਨਾਲ ਨਾ ਕਦੀ ਕਿਸੇ ਨਾਲ 1 ਰੁਪਏ ਦੀ ਬੇਈਮਾਨੀ ਨਹੀਂ ਕੀਤੀ, ਔਰ ਨਾ ਹੀ ਕੋਈ ਬੰਦਾ ਸਾਬਤ ਕਰ ਸਕਦਾ ਆ ਕਿ ਭਾਈ ਸਾਹਿਬ ਇਹਨੇ ਮੇਰੇ ਨਾਲ ਬੇਈਮਾਨੀ ਕੀਤੀ, ਇਹਨੇ ਮੇਰੇ ਨਾਲ 2 ਨੰਬਰੀ ਕੀਤੀ ਹੋਵੇ, ਉਹ ਗਲਤ ਬਿਆਨੀ ਕੀਤੀ ਹੋਵੇ, ਅੱਲਾ ਦੇ ਹੁਕਮ ਨਾਲ ਨਹੀਂ ਕੀਤੀ। ਆ ਮੋਟਰਸਾਈਕਲ ਵਾਲਾ ਆ ਰਿਹਾ ਉਹਨੂੰ ਪਏਗਾ, ਕਿਉਂਕਿ ਮੋਟਰਸਾਈਕਲ ਵਾਲੇ ਤਾਂ ਰਿਕਸ਼ਾ ਵਾਲੇ ਦਾ ਤਾਂ ਬੜਾ ਵੈਰੀ ਹੈ। ਗਿਆ ਨਾ ਗਿਆ ਨਾ ਉਹਦੇ ਤੱਕ ਗਿਆ ਨਾ ਉਹਦੇ ਹੱਲ, ਮੈਂ ਕੀ ਕਿਹਾ ਤੁਹਾਨੂੰ, ਹਾਲਾਂਕਿ ਵੀਡੀਓ ਦੇ ਵਿੱਚ ਹੀ ਚੱਲ ਰਿਹਾ, ਹੁਣ ਪਤਾ ਲੱਗ ਗਿਆ ਤਾਂ ਇਹ ਪਏਗਾ ਉਹਨੂੰ। ਮੋਟਰਸਾਈਕਲ ਵਾਲਾ ਹੋ ਜਾਵੇ ਜਾਂ ਰਿਕਸ਼ਾ ਵਾਲਾ ਹੋ ਜਾਵੇ, ਉਹਦਾ ਬੜਾ ਵੈਰੀ ਹੈ। ਇਸ ਕਰਕੇ ਇਹਨੇ ਆਪਣੇ ਦੰਦ ਤੜਾਏ ਸੀਗੇ ਜ਼ਿਆਦਾ, ਜਿਸ ਕਿ ਡੇਰੇ 'ਤੇ ਰੱਖਿਆ ਹੋਇਆ ਸੀਗਾ, ਜਿੱਥੋਂ ਲਿਆ ਸੀ ਤੁਸੀਂ ਦੇਖਿਆ ਹੋਣਾ, ਉਹਨੇ ਆਪਣਾ ਜੰਗਲਾ ਬਾਹਰ ਬਾਹਰ ਰੱਖਿਆ ਹੋਇਆ ਸੀਗਾ। ਉਹ ਹੁਣ ਔਰਤ ਜਾ ਰਹੀ ਆ, ਲਿਸ਼ਾ ਵਾ, ਤੁਸੀਂ ਅਲਰਟ ਵੀ ਦੇਖ ਲਿਆ ਕਿੰਨਾ, ਜੇ ਮੈਂ ਅੱਜ ਫੜਿਆ ਹੋਇਆ ਸੀਗਾ ਅਤੇ ਮੈਂ ਰੱਸਾ ਡਬਲ ਤ੍ਰਿਪਲ ਕਰ ਲਿਆ ਸੀ ਮੋਟਰਸਾਈਕਲ ਨੂੰ ਦੇਖਦਿਆਂ ਹੈ, ਮੈਨੂੰ ਇਹ ਗੱਲ ਦਾ ਪਤਾ ਚੱਲ ਗਿਆ ਸੀਗਾ ਕਿ ਬਿੱਲੀ ਸਾਹਿਬ ਨੇ ਮੋਟਰਸਾਈਕਲ ਵਾਲਾ ਦੇਖ ਲਿਆ, ਇਹਨੇ ਅਟੈਕ ਕਰਨਾ।
ਖੈਰ ਕੁਛ ਕਿਹਾ ਤਾਂ ਨਹੀਂ, ਮੈਂ ਖਿੱਚ ਲਿਆ ਸੀ ਮਗਰ ਬੰਦਾ ਡਰ ਗਿਆ। ਉਹ ਜਨਾਬ ਕਹਿੰਦਾ ਖਿਆਲ ਕਰੋ ਕੀ ਹੋਇਆ, ਜਾਨਵਰ ਪੈ ਗਿਆ। ਮੈਂ ਕਿਹਾ ਯਾਰ ਕੁਛ ਨਹੀਂ, ਕਹਿੰਦਾ ਤੈਨੂੰ ਕੁਛ ਕੀ ਕਹਿਣਾ। ਕਹਿੰਦਾ ਜਿੱਡਾ ਮੂੰਹ ਹੈ ਮੈਨੂੰ ਪੈ ਗਿਆ, ਮੇਰੀ ਲੱਤ ਬਾਂਹ ਪਾੜ ਜੇਗਾ, ਕਿਉਂਕਿ ਬੰਦੇ ਡਰ ਜਾਂਦੇ ਨੇ। ਸ਼ਾਬਾ ਬਿੱਲੀ ਓਏ, ਸ਼ਾਬਾ ਸ਼ਾਬਾ ਸ਼ਾਬਾ, ਤਾਂ ਤੁਹਾਡੇ ਸਾਹਮਣੇ ਰਨਿੰਗ ਵੀ ਕਰ ਰਿਹਾ ਜੇ, ਠੀਕ ਹੈ। ਮੈਂ ਅਲੱਗ ਰਨਿੰਗ ਕਰਾਉਂਦਾ ਨਹੀਂ ਹੈਗਾ, ਗਰਮੀ ਬੜੀ ਹੈ, ਮੇਰੇ ਕੋਲ ਤਾਂ ਇੰਨਾ ਟਾਈਮ ਵੀ ਨਹੀਂ ਕਿ ਮੈਂ ਰਨਿੰਗ ਕਰਾਵਾਂ। ਹਾਂ ਵਾਕ ਲਾਜ਼ਮੀ ਕਰਾਉਂਦਾ ਹਾਂ ਮੈਂ। ਆ ਜਾ ਬਿੱਲੀ ਓਏ, ਸਮਝਦਾਰ ਆ, ਮੇਰਾ ਭਤੀਜਾ ਵੀ ਲੈ ਕੇ ਉਹਨੂੰ ਫਿਰਦਾ ਆ, ਠੀਕ ਆ, ਉਹਨੂੰ ਵੀ ਕੁਛ ਨਹੀਂ ਕਹਿੰਦਾ ਹੈਗਾ। ਅਤੇ ਦੋਸਤੋ ਬਾਕੀ ਤੁਸੀਂ ਵੇਖ ਲਓ ਜਿਹੜੇ ਕਿਸੇ ਦੋਸਤ ਨੂੰ ਪਸੰਦ ਹੋਵੇ, ਅਤੇ ਜਨਾਬ ਤੁਸੀਂ ਆ ਕੇ ਲੈ ਜਾਣਾ ਚਾਹੋ ਲੈ ਜਾਓ, ਅਤੇ ਜੇ ਕਾਰਗੋ ਕਹੋਗੇ ਮੈਂ ਕਾਰਗੋ ਕਰ ਦਾਂਗਾ। ਇਹਦੇ ਨਾਲ ਹੀ ਕਰਦੇ ਹਾਂ ਵੀਡੀਓ ਦਾ ਅਖਤਤਾਮ, ਅਤੇ ਬਿੱਲੀ ਨੂੰ ਲੈ ਕੇ ਜਾਂਦੇ ਹਾਂ ਆਪਣਾ ਅੰਦਰ, ਕਿਉਂਕਿ ਦੂਸਰੇ ਡੋਗਸ ਵੀ ਖੋਲ੍ਹ ਲੈਣਾ, ਟਾਈਮ ਥੋੜ੍ਹਾ ਵਾ, ਠੀਕ ਹੈ। ਅਤੇ ਬਾਕੀ ਅੱਲਾ ਖੈਰ ਕਰੇ ਇਨਸ਼ਾਅੱਲਾ, ਜਿਸ ਮੇਰੇ ਵੀਰ ਨੂੰ ਪਸੰਦ ਹੋਵੇ ਰਾਬਤਾ ਕਰ ਲਵੇ, ਤੁਹਾਨੂੰ ਬਿੱਲੀ ਮਿਲ ਜਾਏਗਾ ਜਨਾਬ। ਬਰੀਡਿੰਗ ਵਾਸਤੇ ਪਰਫੈਕਟ ਮੇਲ ਆ, 5 ਤਪਣੀਆਂ ਦੇ ਰਿਕਾਰਡ ਦੇ ਨਾਲ ਆ। ਇੰਨੇ ਪੈਸੇ ਤੁਹਾਨੂੰ ਬਰੀਡਿੰਗ ਵਾਸਤੇ ਕੁੱਤਾ ਨਹੀਂ ਲੱਭਣਾ ਦੋਸਤੋ, ਠੀਕ ਹੈ, ਕਿਉਂਕਿ ਮੈਂ ਵੀ ਬੜਾ ਸਰਚ ਕੀਤਾ ਸੀ, ਮੈਂ ਵੀ ਬੜਾ ਮੁਨਾਸਬ ਮਿਲਿਆ ਮੈਨੂੰ। ਮੋਟਰਸਾਈਕਲ ਜਾ ਰਿਹਾ ਜਿਹੜਾ, ਉਹ ਹੈਗਾ ਬਿਜਲੀ ਵਾਲਾ, ਉਹ ਅੱਗੇ ਕਿਤੇ ਡੇਰੇ ਵਾਲੇ ਉਹਨਾਂ ਦਾ ਬੰਦਾ ਸੀਗਾ ਜਨਾਬ, ਅਤੇ ਬਿੱਲੀ ਹੋਣੀ ਉਹਨੂੰ ਚੜ੍ਹ ਚੱਲਣ ਦੀ ਸਿਰ ਜੀ। ਦੋਸਤੋ ਤੁਹਾਨੂੰ ਮੋਟਰਸਾਈਕਲ ਦਿਖਾਇਆ ਜੇ, ਅਤੇ ਮੋਟਰਸਾਈਕਲ ਵਾਲਿਆਂ ਨੂੰ ਬਿੱਲੀ ਪੈ ਗਿਆ, ਅਤੇ ਵੀਡੀਓ ਆਪਣੀ ਕਲਿੱਪ ਜਿਹੜੀ ਕੱਟੀ ਗਈ। ਗੱਲ ਕਰ ਰਿਹਾ ਸੀ ਕਿ ਤੁਹਾਨੂੰ ਇੰਨੇ ਪੈਸਿਆਂ ਦੇ ਵਿੱਚ ਮੇਲ ਨਹੀਂ ਮਿਲਣਾ ਹੈਗਾ, ਉਹਦੀ ਇੱਕ ਵਜ੍ਹਾ ਇਹ ਆ ਕਿਉਂਕਿ 5 ਤਪਣੀਆਂ ਦੇ ਰਿਕਾਰਡ ਦੇ ਨਾਲ ਨਹੀਂ ਮਿਲਣਾ, ਇਹਦੀ ਬਰਦਾਸ਼ਤ ਬਹੁਤ ਜ਼ਿਆਦਾ ਵਾ। ਮੈਂ ਸਿਰਫ ਇਹੀ ਚੀਜ਼ ਤੋਂ ਇੰਪ੍ਰੈਸ ਹੋ ਕੇ ਮੇਲ ਲਿਆ ਸੀਗਾ, ਕਿਉਂਕਿ ਜਾਨਵਰ ਉਹੀ ਹੁੰਦਾ ਜਿਹਦੀ ਬਰਦਾਸ਼ਤ ਹੋਵੇ, ਉਹ ਜਾਨਵਰ ਨਹੀਂ ਹੈਗਾ ਕਿ ਜਿਹੜਾ ਸਿਰਫ ਮਾਰਨਾ ਜਾਣੇ, ਅਤੇ ਬਿੱਲੀ ਜਿੰਨੀ ਬਰਦਾਸ਼ਤ ਸ਼ਾਇਦ ਘੱਟ ਹੀ ਕਿਸੇ ਕੁੱਤਿਆਂ 'ਚ ਹੋਏਗੀ। ਖੂਨ ਦਾ ਬਹੁਤ ਅੱਛਾ ਜੇ, ਤਪਣੀਆਂ ਦਾ ਰਿਕਾਰਡ ਮੌਜੂਦ ਆ, ਅਤੇ ਰਾਬਤਾ ਕਰੋ ਇਨਸ਼ਾਅੱਲਾ, ਤੁਹਾਨੂੰ ਕਾਰਗੋ ਕਰ ਦਿਆਂਗੇ ਦੋਸਤੋ। ਇਸ ਨਾਲ ਆਪਣੇ ਵੀਰ ਅਰਸਲਾਨ ਨੂੰ ਇਜਾਜ਼ਤ ਦਿਓ, ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਇਨਸ਼ਾਅੱਲਾ, ਤੁਹਾਨੂੰ ਕੋਸ਼ਿਸ਼ ਕਰਾਂਗਾ ਡੇਲੀ ਤੋਂ ਡੇਲੀ ਅਪਡੇਟ ਕਰਦੇ ਰਹੀਏ। ਇਜਾਜ਼ਤ ਦੇ, ਹੋਰ ਮੋਟਰਸਾਈਕਲ ਆ ਰਿਹਾ ਨੂੰ ਉਹਨੂੰ ਵੀ ਪੈ ਜਾਣਾ। ਓਕੇ ਫਿਰ, ਅੱਲਾ ਹਾਫਿਜ਼।